ਡੀ ਪੀ ਓ ਦਫ਼ਤਰ ਦੇ ਵਿੱਚ ਪੰਚਾਇਤੀ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਕਰਮਚਾਰੀ ਐਸੋਸੀਏਸ਼ਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਾਗੂ ਕਰਾਉਣ ਲਈ ਕਾਂਗਰਸ ਸਰਕਾਰ ਖਿਲਾਫ਼ ਵਿਸ਼ਾਲ ਰੋਸ ਧਰਨਾ ਦੇ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਿਰਮਲ ਸਿੰਘ ਪੰਚਾਇਤ ਸਕੱਤਰ ਨੇ ਆਖਿਆ ਕਿ ਪੰਚਾਇਤ ਅਫ਼ਸਰਾਂ ਅਤੇ ਸੁਪਰਡੈਂਟਾਂ ਦਾ ਪ੍ਰਮੋਸ਼ਨ ਚੈਨਲ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਮਹਿਕਮੇ ਨੂੰ ਇਹਦੇ ਬਾਰੇ ਪਤਾ ਹੈ ਜੀ, ਜਿੱਦਾਂ ਕਿ ਸਾਡੀ ਈ ਓ ਪੀ ਐੱਸ ਦੀ ਪੋਸਟ ਹੈ, ਜਿਹੜੀ ਬੀ ਡੀ ਪੀ ਓ ਕੰਮ ਈ ਓ ਪੀ ਐੱਸ 'ਤੇ ਕੰਮ ਕਰ ਰਹੇ ਨੇ ਬੀ ਡੀ ਪੀ ਓ ਸਾਹਿਬ, ਉਹ ਸਾਡੀ ਪੋਸਟ ਹੈ ਜਿਹੜੀ ਈ ਓ ਪੀ ਐੱਸ ਦੀ, ਉਹ ਬਹਾਲ ਕੀਤੀ ਜਾਵੇ। ਜੋ ਕਿ ਪਹਿਲਾਂ ਸਾਡੀਆਂ ਮੀਟਿੰਗਾਂ ਹੋਈਆਂ ਨੇ, ਉਹਨਾਂ ਦੇ ਮੁਤਾਬਕ ਜੋ ਸਾਡਾ ਬਣਦਾ ਕੋਟਾ ਸੀ ਸਾਨੂੰ ਉਹ ਦਿੱਤਾ ਜਾਵੇ। ਅਤੇ ਦੂਸਰੀ ਸਭ ਤੋਂ ਵੱਡੀ ਸਮੱਸਿਆ ਸਾਡੀਆਂ ਤਨਖਾਹਾਂ ਦੀ ਹੈ, ਜਿਹੜੀਆਂ ਕਿ ਤਨਖਾਹਾਂ ਸਾਡੇ ਵੱਖ ਵੱਖ ਬਲਾਕਾਂ 'ਚ 10-10 ਮਹੀਨੇ ਤੋਂ 11-11 ਮਹੀਨੇ ਤੋਂ ਨਹੀਂ ਮਿਲੀਆਂ, ਉਹ ਹਰ ਇੱਕ ਮਹੀਨੇ ਦੀ 1 ਤਰੀਕ ਨੂੰ ਮਿਲਣੀਆਂ ਯਕੀਨੀ ਬਣਾਈਆਂ ਜਾਣ। ਅਸੀਂ ਤਾਂ ਮੰਗ ਕਰਦੇ ਹਾਂ ਕਿ ਸਾਡਾ ਇੱਕ ਹੈੱਡ ਬਣਾਇਆ ਜਾਵੇ, ਉਸ ਹੈੱਡ ਤੋਂ ਸਾਡੀਆਂ ਤਨਖਾਹਾਂ ਨੇ ਜਿਹੜੀਆਂ ਰਿਲੀਜ਼ ਕੀਤੀਆਂ ਜਾਣ, ਕਿਉਂਕਿ ਅਸੀਂ ਜਿਹੜਾ ਪੰਚਾਇਤ ਸਮਿਤੀ ਦੇ ਅਸੀਂ ਮੁਲਾਜ਼ਮ ਹੈਗੇ ਹਾਂ, ਪਿੰਡਾਂ ਦੀਆਂ ਸ਼ਾਮਲਾਤ ਦੀਆਂ ਬੋਲੀਆਂ ਤੋਂ ਵੱਖ ਵੱਖ ਸੋਰਸਾਂ ਤੋਂ ਜੋ ਇਨਕਮ ਹੁੰਦੀ ਹੈ ਉਹਦੇ 'ਚੋਂ ਅਸੀਂ 21% ਤੋਂ 30% ਦੇ ਵਿੱਚ ਵਿੱਚ ਸੈਕਟਰੀ ਵੇਜ ਸੈਕਟਰੀਆਂ ਦੀਆਂ ਤਨਖਾਹਾਂ ਲਈ ਲੈ ਕੇ ਆਉਂਦੇ ਹਾਂ, ਜਿਹੜਾ ਕਿ ਉਹ ਆ ਪਿੱਛੇ ਜੋ ਬੈਨਰ ਲੱਗਿਆ ਜਿਵੇਂ ਦੇਖਿਆ ਹੀ ਹੈ, ਸਮਿਤੀਆਂ 'ਚ ਭਾਰੀ ਗਬਨ ਹੁੰਦੇ ਨੇ, ਜਿਹੜੀਆਂ ਸਾਡੀਆਂ ਤਨਖਾਹਾਂ ਨੇ ਇੱਧਰ ਉੱਧਰ ਖਰਚ ਕੀਤੀਆਂ ਜਾਂਦੇ ਨੇ, ਉਹ ਪੈਸੇ ਸਾਨੂੰ ਤਨਖਾਹ ਇਸ ਕਰਕੇ ਸਮੇਂ ਸਿਰ ਨਹੀਂ ਮਿਲ ਸਕਦੀਆਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨੂੰ ਪੂਰੇ ਧਿਆਨ ਨਾਲ ਦੇਖਿਆ ਜਾਵੇ ਤਾਂ ਸਾਡੀਆਂ ਤਨਖਾਹਾਂ 'ਚ ਕਦੇ ਕੋਈ ਪ੍ਰੋਬਲਮ ਨਹੀਂ ਆ ਸਕਦੀ, ਜੇ ਮਤਲਬ ਸਾਡੇ ਪੈਸੇ ਨੂੰ ਸਹੀ ਤਰੀਕੇ ਨਾਲ ਯੂਜ ਕੀਤਾ ਜਾਵੇ। ਇਹ ਅਣਮਿੱਥੇ ਸਮੇਂ ਲਈ ਹੈ ਜੀ, 5 ਤਰੀਕ ਤੋਂ ਬਾਅਦ ਅੱਗੇ ਕੀ ਡਿਸੀਜਨ ਲਿੱਤਾ ਜਾਂਦਾ, ਅੱਗੇ ਕੋਈ ਧਰਨਿਆਂ ਦਾ ਜਾਂ ਮੰਤਰੀਆਂ ਦਾ ਘਿਰਾਓ ਹੁੰਦਾ ਹੈ ਜਾਂ ਕੀ ਹੁੰਦਾ, ਉਹ ਸਟੇਟ ਬੋਡੀ ਜੋ ਫੈਸਲਾ ਲਊਗੀ ਉਹਦੇ ਮੁਤਾਬਕ ਸੰਘਰਸ਼ ਕਰਾਂਗੇ। ਸਾਡੀ ਪ੍ਰਮੋਸ਼ਨ ਦੇ ਕੋਈ ਸਕੋਪ ਲੱਗ ਰਹੇ ਨੇ ਜਦੋਂ ਤੱਕ ਸਾਡੀ ਪੋਸਟ ਨਹੀਂ ਖੁੱਲਦੀ, ਪੈਨਸ਼ਨ ਸਾਡੀ ਨਹੀਂ ਲਾਗੂ ਹੋ ਰਹੀ, ਕਿੰਨੀਆਂ ਹੀ ਸਾਡੀਆਂ ਪ੍ਰੋਬਲਮਸ ਨੇ, ਤਨਖਾਹਾਂ ਕਿੰਨੇ ਹੀ ਸਾਡੇ ਵੀਰ ਭੈਣ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਟਾਈਮ 'ਤੇ 9-9 ਮਹੀਨੇ 10-10 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲਦੀਆਂ, ਉਹਨਾਂ ਦੇ ਬੱਚੇ ਸਫ਼ਰ ਕਰਦੇ ਨੇ, ਬਹੁਤ ਸਾਰੀਆਂ ਪ੍ਰੋਬਲਮਾਂ ਨੇ, ਤਾਂ ਹੀ ਇਕੱਠੇ ਹੋ ਕੇ ਸਾਨੂੰ ਇਸ ਮੁੱਦੇ 'ਤੇ ਹੁਣ ਬੈਠਣਾ ਪਿਆ। ਆਪਣੇ ਆਪਣੇ ਟੀਚਰ ਨੂੰ ਕੰਪਲੀਟ ਨਹੀਂ ਕਰ ਲੈਂਦੇ ਉਦੋਂ ਤੱਕ ਸਾਨੂੰ ਬੈਠਣਾ ਹੀ ਪੈਣਾ। ਖੈਰ ਤੋਂ ਡੈਵਿਡ ਵਰਮਾ ਦੀ ਰਿਪੋਰਟ, ਚੈਨਲ 2।